ਇਸ ਲਈ ਧੀਰਜ ਰਤਨ ਸਾਡੇ ਨਾਲ ਨੇ ਜਿਹਨਾਂ ਨੂੰ ਜਿਹਨੇ ਮੇਰਾ ਦਿਲ ਲੁੱਟਿਆ ਚ ਬੈਸਟ ਸਕਰੀਨ ਪਲੇ ਔਰ ਬੈਸਟ ਡਾਇਲੋਗ ਵਾਸਤੇ ਅਵਾਰਡ ਮਿਲਿਆ ਔਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਲਕਮ ਧੀਰਜ ਐਂਡ ਕੰਗ੍ਰੈਚੁਲੇਸ਼ਨ। ਥੈਂਕ ਯੂ ਔਰ ਕਿੱਦਾਂ ਦਾ ਮਹਿਸੂਸ ਹੋ ਰਿਹਾ ਪਹਿਲੀ ਵਾਰੀ ਟੋਰਾਂਟੋ ਚ ਪੰਜਾਬੀ ਫਿਲਮ ਫੈਸਟ ਅਕੈਡਮੀ ਅਵਾਰਡਸ ਹੋਏ ਨੇ, ਕਿਵੇਂ ਲੱਗਿਆ ਤੁਹਾਨੂੰ? ਰੀਅਲੀ ਆਈ ਐਮ ਹੈਪੀ ਐਕਚੁਅਲੀ। ਪੰਜਾਬੀ ਫਿਲਮਾਂ ਦੀ ਰੀਚ ਵੱਧ ਰਹੀ ਹੈਗੀ ਹੈ, ਬਹੁਤ ਵਧੀਆ ਗੱਲ ਹੈਗੀ ਹੈ। ਮੋਰ ਵਿਊਅਰਸ ਆਰ ਵਾਚਿੰਗ ਪੰਜਾਬੀ ਫਿਲਮ, ਜਿਹੜੀ ਪੰਜਾਬੀ ਸਿਨੇਮਾ ਵਾਸਤੇ ਬਹੁਤ ਵਧੀਆ ਗੱਲ ਹੈਗੀ ਹੈ ਐਂਡ ਆਈ ਐਮ ਰੀਅਲੀ ਹੈਪੀ ਐਂਡ ਐਕਸਾਈਟਿਡ। ਔਰ ਕਿੰਨੀ ਕੁ ਮਿਹਨਤ ਕਰਨੀ ਪਈ ਇੱਥੇ ਤੱਕ ਪਹੁੰਚਣ ਲਈ, ਪੰਜਾਬੀ ਇੰਟਰਨੈਸ਼ਨਲ ਫਿਲਮ ਅਕੈਡਮੀ ਅਵਾਰਡਸ ਦੇ ਵਿੱਚ ਆਪਣਾ ਨਾਂ ਦਰਜ ਕਰਾਉਣ ਲਈ ਕਿੰਨੀ ਕੁ ਮਿਹਨਤ ਕਰਨੀ ਪਈ? ਦੇਖੋ, ਮਿਹਨਤ ਤਾਂ ਡੈਫੀਨੇਟਲੀ ਕ੍ਰੀਏਟਿਵਲੀ ਕਰਨੀ ਪੈਂਦੀ ਹੈਗੀ ਹੈ। ਫੋਰ ਮੀ ਇਟਸ ਨੋਟ ਮਿਹਨਤ ਐਕਚੁਅਲੀ, ਬਿਕੋਜ਼ ਆਈ ਇੰਜੋਏ ਰਾਈਟਿੰਗ, ਹੈ ਨਾ। ਰਾਈਟਿੰਗ ਕਰਨਾ ਮੇਰੇ ਵਾਸਤੇ ਇੱਕ ਹੋਬੀ ਸੀ, ਹੋਬੀ ਨੂੰ ਬਾਅਦ ਚੋਂ ਪ੍ਰੋਫੈਸ਼ਨ ਬਣਾ ਲਿਆ ਅਤੇ ਮੇਰੇ ਵਾਸਤੇ ਹੱਸਣ ਖੇਡਣ ਦਾ ਕੰਮ ਹੀ ਹੁੰਦਾ ਹੈਗਾ। ਸੋ ਵਿਚ ਆਰ ਫਿਲਮਸ ਆਈ ਰਾਈਟ, ਆਈਦਰ ਮੇਲ ਕਾ ਦੇ ਰੱਬਾ ਜਿਹੜੀ ਪਹਿਲੀ ਪੰਜਾਬੀ ਫਿਲਮ ਲਿਖੀ ਸੀ, ਫਿਰ ਜਿਹਨੇ ਮੈਂ ਤੋਂ ਲੁੱਟਿਆ, ਨਾਓ ਆਈ ਰੋਟ ਦਿਸ ਜੱਟ ਐਂਡ ਜੂਲੀਅਟ। ਸੋ ਵਾਟ ਆਰ ਫਿਲਮਸ ਆਈ ਬੀਨ ਡੂਇੰਗ ਐਕਚੁਅਲੀ, ਮੈਂ ਆਈ ਇੰਜੋਏ ਰਾਈਟਿੰਗ ਐਕਚੁਅਲੀ।